ਖੂਬਸੂਰਤ ਜਿਹੇ ਗ੍ਰਾਮ ਵਿੱਚ ਇੱਥੇ ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਪਿਆਰੀਆਂ ਵਾਟਰਫਾਲ ਆ। ਆਪਣੇ ਜੰਡਾਲਾ ਖੁੰਨਾ ਵਾਟਰਫਾਲ ਇਸ ਮਾਨੀ ਵਿੱਚ ਬਹੁਤ ਬੜਾ ਜ਼ੁਲਮ ਹੋਇਆ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਅਸਲਾਮ ਅਲੈਕੁਮ ਵਿਵਰਸ, ਮੈਂ ਅਤੀਕੁਰ ਰਹਿਮਾਨ ਉਤਸਤ ਗਈ ਹੋ ਆਪਣਾ ਫੈਮਿਲੀ ਯੂਟਿਊਬ ਚੈਨਲ ਕਸ਼ਮੀਰ ਵਿਲਾਗ। ਉਮੀਦ ਕਰਨਾ ਠੀਕ ਠਾਕ ਹੋ ਸੋ, ਖੈਰੀਅਤ ਨਾਲ ਹੋ ਸੋ, ਔਰ ਅੱਲਾਹ ਪਾਕ ਨੇ ਹਿਫਜ਼ੋ ਅਮਾਨ ਹੀ ਚੁਸੋ। ਅੱਜ ਇੱਕ ਤੁਸਰਾ ਨਈ ਵੀਡੀਓ ਨਾਲ ਹਾਜ਼ਰ ਆ। ਜੈਸਾ ਕਿ ਤੁਸੀਂ ਲਾਸਟ ਵੀਡੀਓ ਤੱਕ ਸੀ, ਅਸਾਂ ਸਮਾਨੀ ਜੰਡਾਲਾ ਨੇ ਮੁਕਾਮ ਉੱਪਰ ਕੈਂਪਿੰਗ ਵਗੈਰਾ ਕੀਤੀ ਸੀ ਔਰ ਮਾਸ਼ਾਅੱਲਾ ਬੜਾ ਹੀ ਖੂਬਸੂਰਤ ਮਜ਼ਾ ਆਇਆ ਸਾ। ਰਾਤ ਨੇ ਟਾਈਮ ਅਸਾਂ ਇੱਥੇ ਰਹੇ ਹਾਂ, ਖਾਣਾ ਵਗੈਰਾ ਬਣਾਇਆ ਸਾਰੇ ਸੰਗੀ ਦੋਸਤ ਸਾਂ, ਔਰ ਰਾਤ ਨਹੀਂ ਜਿਹੜੀ ਆ ਨਾ ਸਾਡੀ ਇੱਥੇ ਗੁਜ਼ਰੀ ਹੈ ਔਰ ਮਾਸ਼ਾਅੱਲਾ ਅੱਛੀ ਗੁਜ਼ਰੀ ਗਈ ਹੈ। ਕਾਫੀ ਅਸਾਂ ਟਾਈਮ ਜਾਗਣੇ ਰਹੇ ਹਾਂ, ਗੱਪ ਸ਼ੱਪ ਹੋਈ ਹੈ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਮੈਂ ਸੁੱਤਾ ਤਾਂ ਮਾੜੀ ਤਾਂ ਰਾਤ ਅਲਹਮਦੁਲਿਲਾ ਬਹੁਤ ਅੱਛੀ ਗੁਜ਼ਰੀ ਹੈ। ਤਾਂ ਹੁਣ ਸੁਬਾਹ ਜਾਗੇ ਹਾਂ, ਮੌਸਮ ਬਾਰਿਸ਼ ਵਾਲਾ ਬਣਤਾ ਵਾ, ਔਰ ਅਗਰ ਸਾਡੇ ਕੈਮਰਾ ਮੈਨ ਥੋੜ੍ਹਾ ਜਿਹਾ ਅਗਰ ਤੁਸੀਂ ਵਿਊ ਚੈੱਕ ਕਰਾਈ ਸਕੋ, ਇਸ ਏਰੀਏ ਨਾਲ ਬੜਾ ਹੀ ਖੂਬਸੂਰਤ ਹੈ। ਬਾਕੀ ਇਸ ਟਾਈਮ ਸੁਬੋ ਸੁਬੋ ਅਸਾਂ ਜਾਗੇ ਆ, ਤਾਂ ਅਸਾਂ ਤੱਕਿਆ ਬਾਰਿਸ਼ ਤਾਂ ਅਣ ਕਰੀਬ ਲੇਸੀ ਲੇ ਸੀ, ਤਾਂ ਨਾਸ਼ਤਾ ਤਾਂ ਸਪੈਸ਼ਲੀ ਜਿਹੜਾ ਨਾ ਮੁੰਨਾ ਭਾਈ ਨੇ ਘਰ 'ਚ ਹੀ ਕਰਨਾ ਸਾ, ਪਰ ਅਸਾਂ ਆਇਆ ਕਿ ਉਸ ਤੋਂ ਪਹਿਲਾਂ ਜਿਹੜਾ ਨਾ ਥੋੜ੍ਹਾ ਜਿਹਾ ਫਿਰ ਵੀ ਅਸਾਂ ਹਲਕਾ ਫੁਲਕਾ ਕੋਈ ਇੰਤਜ਼ਾਮ ਜਿਹੜਾ ਨਾ ਕਰੀ ਕਿੰਨੇ ਆ ਚਾਹ ਬਣਾਉਣੇ ਆ, ਤਾਂ ਕੋਈ ਬਿਸਕੁਟ ਆਉਂਦੇ ਵੇ ਉਹ ਖਾਸਾ, ਅਤੇ ਨਾਲ ਬਾਰਿਸ਼ ਕੀ ਇੰਜੋਏ ਕਰ ਸਾ। ਯਕੀਨ ਕਰੋ ਬੜਾ ਹੀ ਇੱਥੇ ਪੁਰਸਕੂਨ ਮਾਹੌਲ ਸੀ, ਅਤੇ ਇੰਜੋਏ ਕੀਤਾ ਸਹੀ ਜ਼ਬਰਦਸਤ ਹੈ। ਹੁਣ ਨਾਲ ਨਾਲ ਰੇਸ ਉਤਸਾਹ ਵੀਡੀਓ ਕੀ ਲਾਸਟ ਤੱਕ ਲਾਜ਼ਮੀ ਦੇਖੀਏ, ਕਿਉਂਕਿ ਅੱਜ ਅਸਾਂ ਇਨਸ਼ਾਅੱਲਾ ਇੱਕ ਨਈ ਜਗ੍ਹਾ ਇੱਕ ਨਏ ਪੁਆਇੰਟ ਉੱਪਰ ਜੁਸਾਂ, ਕਿਉਂਕਿ ਹੁਣ ਅਸਾਂ ਨਾ ਇੱਥੇ ਟਾਈਮ ਜ਼ਿਆਦਾ ਨਹੀਂ ਗੁਜ਼ਰਨ ਲੱਗਾ, ਬਸ ਚਾਹ ਪੀਸਾਂ ਫਿਰ ਨਾਸ਼ਤਾ ਜਿਹੜੀ ਕਰੀਏ, ਤਾਂ ਫਿਰ ਅਸਾਂ ਅੱਜ ਇਸ ਏਰੀਏ ਦੇ ਅੰਦਰ ਇੱਕ ਨਈ ਜਗ੍ਹਾ ਤੁਸੀਂ ਦੱਸਣ ਲਿਆ। ਸੋ ਨਾਲ ਨਾਲ ਰੇਸੋ ਵੀਡੀਓ ਕੀ ਲਾਸਟ ਤੱਕ ਲਾਜ਼ਮੀ ਦੇਖਿਆ। ਜਿਹੜੇ ਭੈਣ ਭਰਾ ਚੈਨਲ ਉੱਪਰ ਨਏ ਆਏ ਉਹ ਚੈਨਲ ਕੀ ਸਬਸਕ੍ਰਾਈਬ ਕਰਨਾ ਨਾ ਭੁੱਲੇ, ਤਾਂ ਆਇਓ ਹੁਣ ਚੱਲ ਰਹੇ ਹਾਂ ਆਪਣੀ ਵੀਡੀਓ ਦੀ ਜਾਣਨ। ਲਓ ਜੀ, ਅਲਹਮਦੁਲਿਲਾ ਚਾਹ ਜਿਹੜੀ ਹੈ ਨਾ ਸਾਡੀ ਤਿਆਰ ਹੋਈ ਚੁੱਕੀ ਹੈ, ਤਾਂ ਹੁਣ ਬਾਹਣੇ ਆ ਕੱਪਾਂ ਵਿੱਚ, ਤਾਂ ਬਾਈ ਤਾਂ ਜਨਾਬ ਚਾਹ ਬਿਸਕੁਟ ਜਿਹੜੇ ਨਾ ਉਹ ਇੱਥੇ ਖਾਣੇ ਪੀਣੇ ਆ, ਤਾਂ ਬਾਕੀ ਉਸ ਸਾਈਡ ਉੱਪਰ ਸੂਰਜ ਤੱਕੀ ਸਕਣੇ ਉਸ, ਅਸਾਂ ਨੇ ਕੈਂਪਾਂ ਨੇ ਬਰਾਬਰ ਸਿੱਧਾ ਉੱਪਰ ਫਜ਼ਾਨ ਬਾਈ ਇੱਧਰ ਇੱਧਰ ਸੂਰਜ ਪਹਿਲਾਂ ਦੱਸੀ ਰਹੀ ਹੋ, ਇੱਧਰ ਬਰਾਬਰ ਉੱਪਰ ਮਾਰੋ ਨਾ ਪਿੱਛੇ, ਇੱਧਰ ਮੌਸਮ ਤੁਸੀਂ ਤਕੜੇ ਹੋ ਸੋ ਕਿ ਬਾਰਿਸ਼ ਲੱਗੀ ਹੋਈ ਹੈ, ਦੋ ਮੌਸਮ ਤਾਂ ਬਿਸ਼ਕੈਰਾ ਹੀ 'ਚ ਅਸਾਂ, ਹੁਣ ਕੋਈ ਪਤਾ ਨਹੀਂ ਕਿ ਅਸਾਂ ਨਹੀਂ ਲਹਿੰਦੀ ਸਾਈਡ ਵਾਲਾ ਜਿਤਨਾ ਜਾਂ ਚੜ੍ਹਦੀ ਸਾਈਡ ਵਾਲਾ ਜਿਤਨਾ ਆ, ਅਤੇ ਬਾਕੀ ਅਸਾਂ ਚਿਹਰਿਆ ਚਾਹ ਸ਼ਾਹ ਪੀਣੇ ਆ, ਮੌਸਮ ਪਿਆਰਾ ਆ, ਔਰ ਇਹ ਹੈ ਕਿ ਜੇ ਬਾਰਿਸ਼ ਹੋਈ ਗਈ ਤਾਂ ਵੀ ਖੂਬਸੂਰਤੀ ਹੈ, ਨਾ ਹੋਏ ਤਾਂ ਵੀ ਜਿਹੜੀ ਅੱਲਾ ਕਰਸੀ, ਅਤੇ ਬਾਕੀ ਚਾਹ ਸ਼ਾਹ ਜਿਹੜਾ ਨਾ ਮਾਸ਼ਾਅੱਲਾ ਆਪਣਾ ਹੀ ਮਜ਼ਾ ਆ ਇੱਥੇ ਬਈ ਪੀਣੇ ਨਾਲ। ਬਾਕੀ ਸੰਗੀਆਂ ਦੋਸਤਾਂ ਕੋਲੋਂ ਪੁੱਛੋ ਜੀ ਕੈਸੀ ਰਾਤ ਗੁਜ਼ਰੀ, ਮਾਰੋ ਕੈਮਰਾ ਹਾਲ ਆ ਭਾਈ ਜੀ। ਹਾਂਜੀ ਦੋਸਤੋ, ਰਾਤ ਕੈਸੀ ਗੁਜ਼ਰੀ? ਆਪਣੀ ਗਲਤੀ ਸਰਾਖਾਂ ਝੂਠਾ ਸੱਚ ਸਪੈਸ਼ਲੀ ਐਸੀ ਨਾ ਅੰਦਰ ਮਾਰਨੇ ਸਾਰਾ ਚੋਚ
ਲੇਕਿਨ ਜ਼ਬਰਦਸਤ ਹੋ ਗਿਆ ਮਾਸ਼ਾਅੱਲਾ ਬਹੁਤ ਅੱਛੀ ਰਾਤ ਗੁਜ਼ਰੀ ਹੈ ਲੇਕਿਨ ਇਹ ਕਿ ਕੁਝ ਚੀਜ਼ਾਂ ਹਲੇ ਵੀ ਅਸਾਂ ਕੋਲ ਕਮੀ ਹੈ ਕੁਝ ਚੀਜ਼ਾਂ ਨਹੀਂ ਆਸਤਾ ਆਸਤਾ ਬਿਹਤਰੀ ਹੋਣੀ ਹੈ ਕੈਂਪਿੰਗ 'ਚ ਐਕਸਪੀਰੀਅੰਸ ਹੋ ਰਿਹਾ ਅਸਾਂ ਇਹ ਸਮਝੀ ਕਿਉਂ ਕਿ ਪਹਿਲਾਂ ਉਹ ਨਹੀਂ ਨਾ ਜਿਹੜਾ ਇਹ ਅਸਾਂ ਟੈਸਟ ਮੈਚ ਹੋਣੇ ਹੋਣੇ ਇੱਕ ਬਈ ਬਹੁਤ ਅੱਛਾ ਕੀਤਾ ਹੈ ਕਿ ਅਸਾਂ ਇਸ ਮੋਸਟ ਮੈਚ ਟੂਰ ਕੀਤਾ ਤਾਂ ਇਹ ਕੈਂਪ ਕੀਤਾ ਹੈ ਕਿ ਅਸਾਂ ਉਹ ਜਿਹੜੇ ਟੂਰ ਕਰਨੇ ਆ ਅਸਾਂ ਬਾਹਰ ਆਪਣੇ ਇਲਾਕੇ 'ਚ ਦੂਰ ਜਾਣੇ ਆ ਇਹ ਅਸਾਂ ਕੀ ਚੀਜ਼ਾਂ ਨੇ ਐਕਸਪੀਰੀਅੰਸ ਹੋਣਾ ਪਿਆ ਕਿ ਆਸਤਾ ਆਸਤਾ ਕਿਹੜੀ ਕਿਹੜੀ ਚੀਜ਼ ਨਹੀਂ ਅਸੀਂ ਜ਼ਰੂਰਤ ਹੈ ਕਿਹੜੀ ਚੀਜ਼ ਸਾਨੂੰ ਕੋਲ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਫਿਰ ਬੰਦੇ ਕਿ ਬਾਹਰ ਨਿਕਲੋ ਘਰੋਂ ਤਾਂ ਫਿਰ ਮੁਸ਼ਕਲਾਂ ਨਹੀਂ ਹੋਣੀਆਂ ਤਾਂ ਬਾਕੀ ਮਾਸ਼ਾਅੱਲਾ ਅਗਰ ਤੁਸੀਂ ਕੈਮਰਾ ਇਸ ਸਾਈਡ ਦੱਸਿਆ ਤਾਂ ਉਸ ਪਹਾੜੀ ਨੇ ਬੈਕ ਸਾਈਡ ਨੂੰ ਧੁੰਦਾ ਹੋਣੀ ਵੀ ਹੈ ਬਿਲਕੁਲ ਬਹੁਤ ਪਿਆਰਾ ਸੀਨ ਬਣਨਾ ਪਿਆ ਉਸ ਸਾਈਡ ਉੱਪਰ ਅੱਗੇ ਅਸਮਾਨੀ ਚੁੱਕੀ ਹੈ ਠੀਕ ਹੋਈ ਗਿਆ ਬਾਕੀ ਮਾਸ਼ਾਅੱਲਾ ਜੀ ਇਹ ਨੀਚਾ ਗ੍ਰਾਂ ਜਿਹੜਾ ਨਾ ਇਹ ਜੰਡਾਲੇ ਨਾਲ ਗ੍ਰਾਂ ਨਾਲ ਗਿਆ ਇਹ ਕਾਫੀ ਸਾਰੇ ਅੱਗੇ ਆਬਾਦੀ ਹੈ ਹੀ ਹੈ ਅਤੇ ਬਾਕੀ ਹੈ ਕਿ ਓਵਰਆਲ ਜਗ੍ਹਾ ਤੁਸੀਂ ਤੱਕੀ ਹੈ ਅਤੇ ਇੰਤਹਾਈ ਖੂਬਸੂਰਤ ਨਜ਼ਾਰਾ ਸੀ ਔਰ ਇੱਕ ਚੀਜ਼ ਤੱਕੀ ਕਿ ਇਸ ਏਰੀਏ ਵਿੱਚ ਕੁਦਰ ਅੱਗ ਲਾਈ ਉੜੀ ਹੋਈ ਨੇ ਪਿਛਲੇ ਸੀਜ਼ਨ ਤਾਂ ਇਹ ਸਾਰੇ ਦਰਖਤ ਪਿਛਲੇ ਸਾਲ ਅਤੀਕ ਬਾਈ ਇੱਥੇ ਗੱਲ ਕੱਟਣ ਨਹੀਂ ਪਈ ਹੈ ਲੇਕਿਨ ਇਹ ਕਿ ਅਸਾਂ ਨੇ ਵਾਦੀ ਸਮਾਨੀ ਵਿੱਚ ਬਹੁਤ ਬੜਾ ਜ਼ੁਲਮ ਹੋਇਆ ਅੱਛਾ ਅਸਾਂ ਨਾ ਇਹ ਜ਼ਿੰਦਗੀ ਨਾਲ ਮਤਲਬ ਮੇਰੀ ਜਿਤਨੀ ਉਮਰ ਹੋਈ ਹੈ ਇਸ ਵਿੱਚ ਰਿਕਾਰਡ ਹੈ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਮਤਲਬ ਪੂਰਾ ਅਸਾਂ ਨੇ ਜਿਹੜਾ ਏਰੀਆ ਲੱਭਣਾ ਪਿਆ ਖਲਤੇ ਆ ਮਤਲਬ ਚਫੇੜੀਆਂ ਪੂਰੇ ਜੰਗਲੇ ਅੱਗ ਲੱਗੀ ਹੈ ਉਸ ਟਾਈਮ ਮੈਂ ਟੂਰ ਪਰ ਸਾਂ ਅੱਛਾ ਬਸ ਜੀ ਇਹ ਗਫਲਤ ਹੋਣੀ ਉਹਨਾਂ ਲੋਕਾਂ ਨੇ ਜਿਹੜੇ ਐਸੇ ਕੰਮ ਕਰਨੇ ਕਿਉਂਕਿ ਇਹ ਦਰਖਤ ਇਹ ਜੰਗਲਾਤ ਇਹਨਾਂ ਦੀ ਵਜ੍ਹਾ ਸੋ ਸਾਰਾ ਕੁਝ ਹੈ ਅਗਰ ਇਹ ਨਾ ਹੋਣ ਤਾਂ ਮੌਸਮਾਂ ਵਿੱਚ ਬੜਾ ਫਰਕ ਇਸ ਨੇ ਤਾਂ ਬਾਕੀ ਚਲੋ ਨਾਲ ਨਾਲ ਗੱਲਾਂ ਹੋਣੀ ਤੁਸੀਂ ਚਾਹ ਪਾਈ ਛੁੜੀ ਇਹਨਾਂ ਵਾਸਤੇ ਕੋਈ ਚੀਜ਼ ਪੀ ਜੇ ਤਾਂ ਚਲੋ ਜੀ ਬਿਸਕਿਟ ਸਿਸਕਿਟ ਕੱਢੋ ਜੀ ਜਿਹੜੇ ਕੱਲ੍ਹ ਆਉਂਦੇ ਸੀ ਆਈ ਜਾਓ ਬਿਸਮਿਲਾ ਕਰੋ ਜਨਾਬ ਅਸਾਂ ਨੇ ਸ਼ਾਦੀ ਸ਼ੁਦਾ ਹੱਥਾਂ ਨਾਲ ਜਨਾਬ ਲੱਗਦਾ ਫਿਰ ਚਾਹ ਪੀਓ ਚਾਹ ਵਗੈਰਾ ਪੀਤੀ ਹੈ ਖੂਬ ਮਜ਼ਾ ਕਰੀ ਰਹੇ ਹਾਂ ਅਤੇ ਬਾਕੀ ਹੈ ਕਿ ਬਾਰਿਸ਼ ਜਿਸ ਤਰ੍ਹਾਂ ਬਣਦਾ ਵਾ ਨਾ ਇਸ ਤਰ੍ਹਾਂ ਇਹੀ ਹੈ ਕਿ ਬਾਰਿਸ਼ ਉਸੀ ਹੀ ਉਸੀ ਸੂਰਜ ਤਲੂ ਹੋਇਆ ਸਾ ਇਸ ਸਾਈਡ ਉੱਪਰੋਂ ਪਰ ਹੁਣ ਕਾਲੇ ਬਾਦਲ ਇੱਧਰ ਹੋਣੇ ਜਾਣੇ ਅਤੇ ਇਹ ਨੀਚੇ ਸਾਰਾ ਜਿਤਨਾ ਵੀ ਗ੍ਰਾਂ ਨੇ ਦਰਸ਼ਨ ਪਿਆ ਇਹ ਜੰਡਾਲੇ ਨਾ ਸ਼ਹਿਰ ਇੱਥੇ ਅੱਗੇ ਆ ਅਤੇ ਬਾਕੀ ਇਸ ਨੇ ਆਸ ਪਾਸ ਜਿਹੜੇ ਇਲਾਕੇ ਲੱਗਣੇ ਅਤੇ ਇਸ ਜੰਗਲਾਂ ਦੇ ਅੰਦਰ ਬੜਾ ਹੀ ਖੂਬਸੂਰਤ ਆਵਾਜ਼ ਕਾਲਾ ਤਿੱਤਰ ਦੇਣਾ ਪਿਆ ਅਤੇ ਬੋਲਣ ਦੀ ਆਵਾਜ਼ ਅੱਛੀ ਨਹੀਂ ਪਈ ਸ਼ਾਇਦ ਕੈਮਰੇ 'ਚ ਰਿਕਾਰਡ ਹੋਣੀ ਜਾਂ ਨਹੀਂ ਹੋਣੀ ਪਰ ਬੜਾ ਹੀ ਖੂਬਸੂਰਤ ਲੱਗੀ ਰਿਹਾ ਆ ਅਤੇ ਕੈਂਪਿੰਗ ਵਗੈਰਾ ਨਾਲ ਬੜਾ ਅੱਛਾ ਐਕਸਪੀਰੀਅੰਸ ਰਿਹਾ ਆ ਵੈਸੇ ਤਾਂ ਲੋਕ ਜ਼ਿਆਦਾਤਰ ਇਸ ਮੌਸਮ ਵਿੱਚ ਨਹੀਂ ਕਰਨੇ ਇਸ ਮੌਸਮ ਵਿੱਚ ਠੰਡੇ ਏਰੀਏ 'ਚ ਕਰ ਰਹੇ ਪਰ ਸਾਡੇ ਏਰੀਏ 'ਚ ਤੁਸੀਂ ਪਤਾ ਹੈ ਕਿ ਸਾਵਣ ਪਾਦਰੇ ਮਹੀਨੇ ਕਾਸ਼ ਆਉਣੇ ਤਾਂ ਥੋੜ੍ਹਾ ਜੰਗਲੀ ਜਿਹੜੀਆਂ ਚੀਜ਼ਾਂ ਆਈਆਂ ਨਾ ਉਹਨਾਂ ਨਾਲ ਥੋੜ੍ਹਾ ਜ਼ਿਆਦਾ ਖਤਰਾ ਆਉਣਾ ਤੁਸੀਂ ਸੱਪ ਸ਼ੱਪ ਹੋਈ ਗਏ ਜਾਂ ਹੋਰ ਗਏ ਜਿਤਨੇ ਵੀ ਗਿੱਦੜ ਛਿੱਦਰ ਉਹਨਾਂ ਨਾਲ ਥੋੜ੍ਹਾ ਆਉਣਾ ਆ ਬਾਕੀ ਹੈ ਕਿ ਅਸਾਂ ਅਲਹਮਦੁਲਿਲਾ ਫਿਰ ਵੀ ਬਿਹਤਰੀਨ ਰਿਹਾ ਆ ਹੁਣ ਅਸਾਂ ਸਮਾਨ ਨਹੀਂ ਥੋੜ੍ਹਾ ਜਿਹਾ ਜਿਹੜਾ ਮੈਂ ਕੁਝ ਕਲੋਜ਼ ਕਰੀ ਕਿਨੋ ਅਤੇ ਇਹ ਜਿਹੜਾ ਕੁਝ ਅਸਾਂ ਚੀਜ਼ਾਂ ਇਸਤੇਮਾਲ ਕੀਤੀਆਂ ਇਹਨੇ ਸਾਫ਼ ਸੁਫ ਕਰੋ ਬਾਕੀ ਅਸਾਂ ਇੱਕ ਸਾਰੀ ਗੱਲ ਆਈ ਹੈ ਕਿ ਜਿਹੜਾ ਅਸਾਂ ਕਚਰਾ ਸਾਰਾ ਉਹ ਸਾਰੇ ਨੇ ਸਾਰਾ ਅਸਾਂ ਇੱਥੇ ਬਹਾਇਆ ਬਾਕੀ ਜਿਤਨਾ ਵੀ ਆ ਉਹ ਸਾਰਾ ਅਸਾਂ ਬਾਈ ਇਹ ਜਗ੍ਹਾ ਨੀਟ ਐਂਡ ਕਲੀਨ ਛੋੜਨੀ ਹੈ ਜਿਸ ਤਰ੍ਹਾਂ ਹੈ ਸੀ ਕਿਉਂਕਿ ਜਗ੍ਹਾ ਕੀ ਖਰਾਬ ਨਹੀਂ ਕਰਨਾ ਇਹ ਅਸਾਂ ਹਰ ਵੀਡੀਓ 'ਚ ਪੈਗਾਮ ਦੇਣੇ ਹੋਣੇ ਆ ਕਿ ਜਿਸ ਜਗ੍ਹਾ ਪਰ ਵੀ ਤੁਸੀਂ ਜਾਣੇ ਹੋ ਚਾਹੇ ਕੈਂਪਿੰਗ ਕਰਨੇ ਹੋ ਜਾਂ ਨੋ ਕਰਨੇ ਜਗ੍ਹਾ ਕੀ ਸਾਫ਼ ਰੱਖਣਾ ਵੈਸੇ ਵੀ ਤੁਸੀਂ ਪਤਾ ਕਿ ਸਫਾਈ ਨਿਸਫ ਇਮਾਨ ਹੈ ਅਤੇ ਸਫਾਈ ਨਾਲ ਲਾਜ਼ਮੀ ਖਿਆਲ ਰੱਖੋ ਅਤੇ ਬਾਕੀ ਅਸਾਂ ਨਾਸ਼ਤਾ ਮੁੰਨਾ ਬਾਈ ਕਾਫੀ ਆਖਦੇ ਸੀ ਕਿ ਕਾਰ ਜੁਲੀ ਕਰ ਸਕਦਾ ਕਾਰ ਜੁਲੀ ਕਰ ਸਕਦਾ ਮੈਂ ਠੀਕ ਹੈ ਮੈਂ ਕਾਰ ਜੁਲੀ ਕਰਨ ਨਾਲ ਇੱਕ ਫਾਇਦਾ ਇਹ ਹੈ ਕਿ ਅਸਾਂ ਨਾਈ ਤੋਂ ਹੀ ਫਰੈਸ਼ ਵੀ ਹੋ ਜਾਸਾਂ ਜੁੰਮੇ ਦਾ ਰੋਜ਼ ਹੈ ਜੁੰਮਾ ਵੀ ਪੜਸਾਂ ਅਤੇ ਬਾਕੀ ਕੱਲ੍ਹ ਸੁਬੋ ਨਹੀਂ ਮਾੜੀ ਕੋਈ ਆਪਣੀ ਸਿਹਤ ਜਿਹੜੀ ਹੈ ਨਾ ਨਿਜ਼ਲਾ ਹੋਇਆ ਉਸਾ ਕਿਉਂਕਿ ਵੈਸੇ ਮੌਸਮ ਚੇਂਜ ਹੋਣਾ ਪਿਆ ਤਾਂ ਸਾਨੂੰ ਕਾਰ ਵੀ ਤਕਰੀਬਨ ਸਾਰਿਆਂ ਕੀ ਹੋਇਆ ਉਸਾ ਅਤੇ ਮਿਗੀ ਥੋੜ੍ਹਾ ਨਿਜ਼ਲਾ ਵੀ ਹੋਇਆ ਆਵਾਜ਼ ਵੀ ਚੇਂਜ ਹੋਈ ਵੀ ਹੈ ਅਤੇ ਬਾਕੀ ਖਾਲੀ ਸਾਈਡ ਉੱਪਰ ਇਸ ਪਹਾੜੀ ਦਾ ਰਿਵਿਊ ਚੈੱਕ ਕਰੋ ਇਸ ਪਿਛਲੇ ਏਰੀਏ ਪਹਾੜੀ ਸੋ ਪਿਛਾ ਬਾਰਿਸ਼ ਲੱਗੀ ਵੀ ਹੈ।
ਇਸ ਲਈ ਅਸਾਂ ਆਪਣੇ ਜਿਤਨੇ ਵੀ ਕੈਂਪ ਸ਼ੈਂਪ ਲਾਏ ਸੀ ਉਹਨਾਂ ਕੀ ਲਾਈ ਸਮਾਨ ਵਗੈਰਾ ਜਿਤਨਾ ਵੀ ਹੈ ਉਹ ਸਮੇਟਣੇ ਪਏ ਹਾਂ। ਮੋਟਰਸਾਈਕਲਾਂ ਪਰ ਬਣ ਸਾਂ ਤਾਂ ਫਿਰ ਨਿਕਲਾਂ, ਤਾਂ ਇੱਧਰ ਮੁੜੀ ਤਾਂ ਸੂਰਜ ਵੀ ਨਿਕਲੀ ਆ, ਬਾਰਿਸ਼ ਅਟੀ ਗਈ ਹੈ। ਕਿਆ ਸੋਚਣਾ ਮੁੰਨਾ ਭਾਈ, ਹੁਣ ਨਹੀਂ ਆਉਣ ਲੱਗੀ? ਹੁਣ ਨਹੀਂ ਆਉਣੀ ਕਿਉਂਕਿ ਬਾਰਿਸ਼ ਇਸ ਸਾਈਡ ਪਰ ਆਉਣੀ ਆਉਣੀ ਆਉਣੀ, ਔਰ ਬਿੰਬਰ ਵਾਲੀ ਸਾਈਡ ਸਮਾਉਣੀ, ਚੌਕੀ ਵਾਲੀ ਸਾਈਡ ਪਰ ਨਿਕਲੀ ਗਈ ਕਿਉਂਕਿ ਇਹ ਜੰਡਾਲਾ ਆ ਉਸ ਸਾਈਡ ਪਰ, ਇਹ ਅੱਗੇ ਆਉਣ ਅੱਗੇ ਪਿਰਲੀ ਸਾਈਡ ਪਰ ਜੰਮੂ ਵਾਲੀ ਸਾਈਡ ਪਰ ਦਾਖਲ ਹੋ ਗਈ ਆ। ਬਾਕੀ ਆ ਕੋਈ ਖੂਬਸੂਰਤ ਜਿਹਾ ਵਿਊ ਹੈ, ਤਾਂ ਹੁਣ ਅਸਾਂ ਫਟਾਫਟ ਪੁੱਜਣੇ ਹਾਂ ਮੁੰਨਾ ਬਾਈ ਨੇ ਕਾਰ ਜਿਹੜੀ ਤਾਂ ਕਰਨੇ ਆ ਨਾਸ਼ਤਾ। ਵਾਪਸੀ ਵਾਲਾ ਸਫ਼ਰ ਸਾਲਾ ਸ਼ੁਰੂ ਹੈ, ਤਾਂ ਇੱਕ ਬੜੀ ਭੈੜੀ ਜਿਹੀ ਜਗ੍ਹਾ ਸੀ ਮਿੱਟੀ ਵਾਲੀ। ਸ਼ਾਹ ਜੀ ਕਿਹੜੇ ਪਸ਼ੂ ਕੜਸੋ? ਚਿੱਕੜ ਬਹੁਤ ਜ਼ਿਆਦਾ ਆ, ਅਗਰ ਇਸ ਧੰਦੇ ਪਰ ਰੱਖਣੇ ਹੋ ਤਾਂ ਫਿਰ ਇਹਤਿਆਤ ਨਾਲ ਰੱਖਿਆ ਹੈ, ਕਿਉਂਕਿ ਮੋਟਰਸਾਈਕਲ ਸਲਿਪ ਕਰ ਸੀ ਨੇ। ਅੱਛਾ ਦੱਸ, ਅੱਛਾ ਦੱਸ, ਠੀਕ ਹੈ, ਕੌਣ ਹੈਰ ਆ ਤੁਸੀਂ? ਚੱਪਲਾਂ ਲੱਗੀਆਂ ਵਾ। ਅੱਛਾ ਦੱਸ, ਅੱਛਾ ਦੱਸ, ਰਾਮੇ ਨਾਲ? ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ, ਬਿਹਤਰੀਨ ਹੋ ਗਿਆ, ਠੀਕ ਹੈ, ਜ਼ਬਰਦਸਤ ਹੋ ਗਿਆ। ਲਓ ਜੀ, ਇਹ ਜਗ੍ਹਾ ਬੜੀ ਖਰਾਬ ਜੀ ਸੀ, ਮਿੱਟੀ ਤਾਂ ਚਿੱਕੜ ਬਹੁਤ ਜ਼ਿਆਦਾ ਸਾ, ਮੈਂ ਕੱਢਿਆ ਰਸਤਾ ਕੁਦ ਕੀ ਭੁੱਲੀ ਗਏ ਸੋ? ਉਦੋਂ ਅੱਗਾ ਚਲੇ ਗਏ ਸੋ? ਅੱਛਾ, ਤਾਂ ਮੈਂ ਰੁਕੀ ਗਿਆ ਸਾ ਨਾ, ਮੈਂ ਬਚਤ ਹੋਈ ਗਈ ਆ ਤੋ ਕੋਣ ਬੂਟ ਸੂਟ ਬਚੀ ਗਏ? ਹਾਂ ਹਾਂ, ਨਾ ਕੋਈ ਪਤਾ ਨਹੀਂ ਸਾ ਕਿ ਟੈਸਟ ਹੋ ਗਈ ਹੈ। ਚਲੋ ਜੀ, ਹੁਣ ਬਾਕੀ ਵੀ ਜਣੇ ਆ ਜਾਣ ਤਾਂ ਜਲਦੀ ਨਾਸ਼ਤਾ ਕਰਾਂ। ਟਾਈਮ ਅਸਾਂ ਪੁੱਜੀ ਹੈ ਮੁੰਨਾ ਬਾਈ ਨੇ ਕਾਰ, ਔਰ ਨਾਸ਼ਤਾ ਜਨਾਬੇ ਵਾਲਾ ਰੈਡੀ ਹੈ, ਸਾਰਾ ਕੁਝ ਆ ਚੁੱਕਿਆ ਆ, ਜਲਦੀ ਜਲਦੀ ਅਸਾਂ ਨਾਸ਼ਤਾ ਕਰੀ ਕਿੰਨੇ ਆ, ਔਰ ਉਸ ਤੋਂ ਬਾਅਦ ਫਿਰ ਅਸਾਂ ਨਿਕਲਨੇ ਹਾਂ। ਤਾਂ ਬਾਕੀ ਯਕੀਨ ਕਰਸੋ ਕਿ ਨਿੱਕੀ ਨਜ਼ਰੇ ਦੀ ਵਜ੍ਹਾ ਤੋਂ ਮਾੜੇ ਇਸ ਸਾਈਡ ਨੇ ਕਰਨੇ ਕਿ ਬਿਲਕੁਲ ਚਪਾ ਲੱਗ ਗਿਆ, ਅਤੇ ਬਾਕੀ ਬੁਖਾਰ ਸਖਤ ਹੋ ਗਿਆ। ਮਿੱਕੀ ਨਹੀਂ ਪਤਾ ਕਿਉਂ ਹੋ ਗਿਆ, ਮੌਸਮ ਚੇਂਜ ਦੀ ਵਜ੍ਹਾ ਤੋਂ ਹੋ ਗਿਆ, ਕਿਉਂਕਿ ਬੰਦੇ ਕਾਫੀ ਸਾਰੇ ਬਿਮਾਰ ਆ, ਸਾਨੂੰ ਕੱਲ੍ਹ ਵਿੱਚ ਹੀ ਹੋਰ ਵੀ ਬਿਮਾਰ, ਅਤੇ ਅੱਗੇ ਪਿੱਛੇ ਵੀ ਸੁਣਨੇ ਪਿਆ ਕਿ ਕਾਫੀ ਬੰਦੇ ਬਿਮਾਰ ਹੋਣੇ ਪਏ, ਲਿਆਦਾ ਮੌਸਮ ਚੇਂਜਿੰਗ ਨਹੀਂ ਵਜ੍ਹਾ ਤੋਂ ਸਾਰਾ ਮਸਲਾ ਆ। ਹੈਲੋ ਜੀ, ਅਸਾਂ ਨਾ ਟਾਈਮ ਜਿਹੜਾ ਨਾ ਕਾਫੀ ਸਾਰਾ ਗੁਜ਼ਰੀ ਗਿਆ, ਮੁੰਨਾ ਬਾਈ ਨੇ ਕਾਰ ਬੈਠਿਆਂ ਬੈਠਿਆਂ। ਸਟੋਰੀ ਇਸ ਤਰੀਕੇ ਨਹੀਂ ਹੋਈ ਕਿ ਅਸਾਂ ਕੀਤਾ ਰੈਸਟ, ਰੈਸਟ ਥੋੜ੍ਹਾ ਨਹੀਂ ਕੀਤਾ, ਮਾੜੀ ਤਾਂ ਸਿਹਤ ਥੋੜ੍ਹੀ ਜਿਹੀ ਬੁਖਾਰ ਦੀ ਵਜ੍ਹਾ ਤੋਂ ਖਰਾਬ ਸੀ, ਮੈਂ ਤਾਂ ਕਾਫੀ ਟਾਈਮ ਸੁੱਤਾ, ਇਹ ਵੀ ਸਹੀ ਗਏ। ਫਿਰ ਹੁਣ ਇਸ ਟਾਈਮ ਜਿਹੜਾ ਨਾ ਅਸਾਂ ਜਾ ਰਹੇ ਹਾਂ ਖੂਬਸੂਰਤ ਜੀ ਜਗ੍ਹਾ ਲਈ ਜਨਬ, ਤਾਂ ਉਹ ਅੱਗੇ ਚੱਲਣੇ ਹਾਂ, ਤੱਕਣੇ ਹਾਂ ਕਿ ਇਹ ਦੋਸਤ ਅੱਜ ਅਸੀਂ ਕਿਹੜੀ ਖੂਬਸੂਰਤ ਜਗ੍ਹਾ ਪਰ ਜੁੜੇ ਰਹੇ। ਮੋਟਰਸਾਈਕਲ ਮਾੜੇ ਵਾਲਾ ਭਾਈ ਹੋਰ ਚਲਾ ਸੁਣ, ਤਾਂ ਮੈਂ ਪਿੱਛਾ ਪੈਣਾ ਹਾਂ ਜੀ। ਬ੍ਰੇਕ ਸੀ ਠੀਕ ਹੈ, ਮਾੜੇ ਹਿਸਾਬ ਨਾਲ ਤਾਂ ਠੀਕ ਸੀ, ਚਲੋ ਮੈਂ ਆਪਣੇ ਹਿਸਾਬ ਨਾਲ ਠੀਕ ਰੱਖੀ, ਕਿਉਂਕਿ ਬਹੁਤ ਜੀ ਚੱਲਣੇ ਆ ਹੁਣ ਅਸਾਂ ਇੱਕ ਖੂਬਸੂਰਤ ਜਗ੍ਹਾ ਲਈ ਜਾਣਾ। ਪੁੱਜੀ ਹਾਂ ਅੱਜ ਇੱਕ ਖੂਬਸੂਰਤ ਜਿਹੇ ਗ੍ਰਾਮ ਵਿੱਚ, ਇੱਥੇ ਬਹੁਤ ਹੀ ਖੂਬਸੂਰਤ ਔਰ ਬਹੁਤ ਹੀ ਪਿਆਰੀਆਂ ਵਾਟਰਫਾਲ ਆ, ਜਿਸ ਦੇ ਬਾਰੇ ਵਿੱਚ ਅਸਾਂ ਕੀ ਮੁੰਨਾ ਬਾਈ ਦੱਸਿਆ ਵੀ ਸੀ, ਔਰ ਅਸਾਂ ਮੁੰਨਾ ਬਾਈ ਨੇ ਚੈਨਲ ਉੱਪਰ ਆਲਰੇਡੀ ਵੀਡੀਓਜ਼ ਵੀ ਦੇਖੀਆਂ ਆ, ਤਾਂ ਸੋ ਅਸਾਂ ਵੀ ਸੋਚਿਆ ਕਿ ਅਸਾਂ ਆਪਣੇ ਭੈਣਾਂ ਭਰਾ ਕੀ ਅੱਜ ਇਸ ਇਲਾਕੇ ਦੀ ਵਾਟਰਫਾਲ ਦੱਸਣੇ ਆ, ਔਰ ਮੁੰਨਾ ਬਾਈ ਕੋਲੋਂ ਪੁੱਛਣੇ ਆ ਕਿ ਇਹ ਵਾਟਰਫਾਲ ਕਿੰਨਾ ਅਰਸਾ ਪਹਿਲੇ ਨਹੀਂ ਹੈ ਜੀ। ਮੁੰਨਾ ਬਾਈ ਅਸਲਾਮੁਅਲੈਕਮ ਜੀ। ਵਾਲੇਕੁਮ ਸਲਾਮ। ਵਾਟਰਫਾਲ ਬਹੁਤ ਪੁਰਾਣੀ ਹੈ ਜੀ, ਮੇਰੇ ਉਸ ਤੋਂ ਪਹਿਲੇ ਨਹੀਂ ਹੈ। ਅੱਛਾ, ਤੇ ਮਾਸ਼ਾਅੱਲਾ ਸਮਾਂ ਦੇ ਅੰਦਰ ਇਹ
ਤਗੜੀ ਵਾਟਰਫਾਲ ਨਾਲ ਸ਼ਮਾਰ ਹੋਣੀ ਹੈ। ਠੀਕ ਹੋਈ ਗਿਆ। ਕਿਸ ਨੇ ਤਰੇ ਸਟੈਪ ਹਨ। ਅੱਛਾ ਤੇ ਜਿੱਥੋਂ ਅਸਾਂ ਟਾਪ ਵੀ ਉੱਪਰ ਤੱਕ ਸਾਂ ਇਥੋਂ ਤਰੇ ਸਟੈਪ ਨਜ਼ਰ ਆਉਣਗੇ। ਜੇ ਅਗਰ ਤੁਸੀਂ ਵਾਟਰਫਾਲ ਦੇ ਨੀਚੇ ਜਾਓਗੇ ਨਾ ਤੇ ਫਿਰ ਤੁਸੀਂ ਕੀ ਮਹਿਲੀ ਦੋ ਸਟੈਪ ਨਜ਼ਰ ਆਉਣੇ ਨੇ। ਠੀਕ ਹੈ, ਬਲੂ ਕਸਾ ਵਿੱਚ ਜਾਣਾ। ਹਾਂ ਠੀਕ ਹੈ। ਮਾਸ਼ਾਅੱਲਾ ਇਤਨਾ ਖੂਬਸੂਰਤ ਪਾਣੀ ਵੀ ਬਹੁਤ ਸਾਫ ਹੈ ਤੇ ਇਸकी ਆਖਣੇ ਜੰਡਾਲਾ ਖੁੰਨਾ ਵਾਟਰਫਾਲ। ਜੰਡਾਲਾ ਖੁੰਨਾ ਵਾਟਰਫਾਲ। ਜੰਡਾਲਾ ਖੁੰਨਾ ਵਾਟਰਫਾਲ ਕਿਉਂਕਿ ਅਸਾਂ ਨੇ ਗਾਉਂ ਹੈ ਨਾ। ਸਹੀ ਹੈ। ਹਾਂ ਤੇ ਇਸ ਨੇ ਗਾਉਂ ਨਾ ਜੰਡਾਲਾ ਹੈ ਤੇ ਨਾਲ ਜਿੱਥੇ ਇਹ ਮੌਜੂਦ ਹੈ ਵਾਟਰਫਾਲ ਇਸकी ਖੁੰਨਾ ਵਾਟਰਫਾਲ। ਅੱਛਾ ਜੀ। ਕੁਝ ਲੋਕ ਸੰਤ ਵੀ ਆਖਣੇ ਨੇ, ਕੁਝ ਲੋਕ ਅਬਸ਼ਾਰ ਵੀ ਆਖਣੇ ਨੇ। ਬਿਲਕੁਲ ਕੁਝ ਇਹ ਗੱਲ ਹੈ ਕਿ ਕੁਝ ਬੰਦੇ ਇਹ ਜੀਆਂ ਜਗ੍ਹਾ ਕੀ ਆਖਣੇ ਜੀ ਉਹ ਜੀ ਸੰਦ ਆ ਜਾਂ ਮਤਲਬ ਨਾਲਾ ਜੀ ਉਸਨੇ ਚ ਛੁੰਬਰ ਹੈ ਕਈ ਇਹ ਵੀ ਬੰਦੇ ਆਖਣੇ। ਬਾਕੀ ਹੈ ਕਿ ਮਾਸ਼ਾਅੱਲਾ ਇੱਕ ਖੂਬਸੂਰਤ ਇਲਾਕੇ ਦੇ ਅੰਦਰ ਅੱਛਾ ਸਾ ਫੀਲ ਕਰੀ ਰਹੇ ਹਾਂ। ਸਪੈਸ਼ਲੀ ਇਸ ਏਰੀਆ ਦਾ ਮੌਸਮ ਬੜਾ ਹੀ ਜ਼ਬਰਦਸਤ ਹੈ। ਥੋੜ੍ਹਾ ਜਿਹਾ ਸਿਹਤ ਖਰਾਬ ਹੋਈ ਹੈ, ਆਵਾਜ਼ ਵੀ ਚੇਂਜ ਹੈ ਅਤੇ ਬਾਕੀ ਹੈ ਕਿ ਓਵਰਆਲ ਖੂਬ ਇੰਜੋਏ ਕਰੀ ਰਿਹਾ। ਨਾਈਟ ਸਟੇ ਵੀ ਅੱਜ ਅਸਾਂ ਮੁੰਨਾ ਭਾਈ ਨੇ ਹੀ ਕਾਰ ਕਰਨੀ ਕਿਉਂਕਿ ਅੱਜ ਕੈਂਪਿੰਗ ਨਾ ਕਰੂ ਲੱਗੇ, ਮਾੜੀ ਸਿਹਤ ਜਿਹੜੀ ਨਾ ਨਹੀਂ ਠੀਕ, ਬੁਖਾਰ ਹੋਈ ਆ ਨਾ, ਮੌਸਮੀ ਬੁਖਾਰ, ਉਸ ਦੀ ਵਜ੍ਹਾ ਸੂ ਵਰਗਨਾ ਦਿਲ ਤਾਂ ਹੈ ਸਾ ਕਿ ਅਸਾਂ ਅੱਜ ਕਿਸੇ ਅੱਛੀ ਲੋਕੇਸ਼ਨ ਉੱਪਰ ਕੈਂਪਿੰਗ ਕਰ ਸਾਂ। ਸੋ ਪਤਾ ਨਹੀਂ ਕਿਉਂ ਕਿਆ ਸਟੋਰੀ ਆ, ਜਿਸ ਵੇਲੇ ਵੀ ਕੋਈ ਘਰੂ ਇਰਾਦਾ ਬਣਾਈ ਕੇ ਨਿਕਲਦੇ ਹਾਂ ਕਿਸੇ ਜਗ੍ਹਾ ਪਰ ਜਾਈ ਕੇ ਕੁਝ ਕਰਨੇ ਨਾ, ਤਾਂ ਪਤਾ ਨਹੀਂ ਕਿਉਂ ਕਿ ਉਹ ਸਾਡੇ ਕੰਮ ਅਧੂਰੇ ਰਹੀ ਜਾਣੇ, ਉਹ ਮੁਕੰਮਲ ਨਹੀਂ ਹੋਣੇ। ਵੱਲਾ ਕਿਆ ਪਤਾ ਅੱਲਾਹ ਤਾਲਾ ਤਾਂ ਕੋਈ ਸਿਰੇ ਬਿਹਤਰੀ ਹੀ ਹੋਣੀ ਹੋਵੇ, ਪਰ ਕੁਝ ਨਾ ਕੁਝ ਜਿਹੜਾ ਨਾ ਅਜੀਬ ਹੀ ਹੋਣਾ ਆ। ਅਤੇ ਬਾਕੀ ਆਈ ਗਏ ਸਾਰੇ ਜਣੇ, ਅਤੇ ਹੁਣ ਇਹ ਰਸਤਾ ਜਾਣਾ ਇੱਥੋਂ ਜਿੱਥੋਂ ਅਸਾਂ ਜਿਹੜੀ ਕਿਆ ਅਬਸ਼ਾਰ ਨੇ ਕਰਨੇ ਨਜ਼ਾਰੇ। ਕਿਆ ਵਜ੍ਹਾ ਬਹਿਕਣਾ ਹੀ ਬਣਸੋ ਜਾਂ ਇਹ ਤੋਂ ਜੁਸੋ? ਇੱਥੇ ਜੀ ਟੀ ਰੋਡ ਦਾ ਕੋਈ ਬਣਤੀ ਵੀ ਇੱਥੋਂ ਵਾਸਤੇ ਹੈ ਬਾਈ? ਇੱਥੇ ਕੋਈ ਜੀ ਟੀ ਰੋਡ ਦਾ ਨਹੀਂ ਬਣਤੀ ਵੀ? ਉਹ ਦੋਸਤ ਇਹ ਰਸਤਾ ਜਾਣਾ ਨਾ, ਇੱਧਰ ਵੀ ਜਾਣਾ ਆ, ਇੱਧਰ ਵੀ ਜਾਣਾ ਆ। ਸੋ ਚਲੋ ਚਲੋ ਜੀ, ਇੱਧਰ ਰਸਤਾ ਤਾਂ ਵੈਸੇ ਕੋਈ ਨਹੀਂ ਬਣਤੇ ਆ। ਜ਼ਹਿਰੀ ਗੱਲ ਹੈ ਕਿ ਅਗਰ ਕੋਈ ਆਵਾਮ ਘਲਿਆਂ ਕਿਆ ਕਰੇ, ਮਹਿਕਮਾ ਕੋਈ ਕਰ ਸੀ ਤਾਂ ਰਸਤੇ ਵੀ ਬਣਸਨ ਨਾ। ਸੋ ਫੈਮਿਲੀ ਵਾਸਤੇ ਕਿਆ ਵੈਸੇ ਜਗ੍ਹਾ ਥੋੜ੍ਹੀ ਜਿਹੀ, ਬੱਚਿਆਂ ਵਾਸਤੇ ਮੁਸ਼ਕਿਲ ਹੈ। ਚੈੱਕ ਸੋ ਕਾਹ ਤਾਂ ਇੱਧਰ ਬਹੁਤ ਬੜਾ ਬੜਾ ਹੋਇਆ ਵਾ। ਅਸਲ ਇਹ ਰਸਤਾ ਅਗਰ ਥੋੜ੍ਹਾ ਟਰੈਕ ਬਣਾਈ ਹੋਣ ਨਾ, ਖੁੱਲ੍ਹਾ ਕਰੀ ਛੋੜ, ਫਿਰ ਤਾਂ ਸਹੀ ਜ਼ਬਰਦਸਤ ਹੈ। ਪਰ ਕੋਈ ਨਹੀਂ, ਉਹ ਗੱਲ ਕੋਈ ਨਹੀਂ ਹੈ। ਓ ਵਾਹ ਮਾਸ਼ਾਅੱਲਾ ਜੀ, ਮਾਸ਼ਾਅੱਲਾ ਕਿਆ ਹੀ ਖੂਬਸੂਰਤ ਨਜ਼ਾਰਾ ਭਾਈ। ਥੋੜ੍ਹਾ ਜਿਹਾ ਬੁਨ ਜੁਲੋ ਨਾ, ਕੋਈ ਤਾਂ ਕਿਹਾ ਟਾਏ ਗਲੇ ਵੇ ਨਾ ਆਉਣ ਦੇਣਾ ਵੈ, ਅਸਾਂ ਸ਼ਾਰਟ ਘੱਟ ਹੋ ਬੁਨ ਹੋਏ। ਜ਼ਬਰਦਸਤ ਜੀ, ਜ਼ਬਰਦਸਤ। ਇਹ ਚੈੱਕ ਕਰ ਸੋ ਜੀ, ਕਿਆ ਹੀ ਖੂਬਸੂਰਤ ਨਜ਼ਾਰਾ ਆ ਨੀਚੇ। ਚੈੱਕ ਕਰੋ ਸਰ, ਇਹ ਚੈੱਕ ਕਰੋ। ਇਸ ਲਈ ਅਸਾਂ ਕਿ ਅਬਸ਼ਾਰ ਨਜ਼ਰ ਅਛਣੀ ਪਈ ਹੈ, ਬਹੁਤ ਬੜੀ ਅਬਸ਼ਾਰ ਹੈ। ਮਾਸ਼ਾਅੱਲਾ ਜੀ, ਮਾਸ਼ਾਅੱਲਾ, ਵੈਸੇ ਕਾਫੀ ਬੜੀ ਅਬਸ਼ਾਰ ਹੈ ਨਾ ਜੀ, ਇਹ ਤੱਕ ਕਹਿ ਸਕਦੇ ਹੋ। ਇਹ ਜਿਹੜਾ ਕਾਫੀ ਬੜੀ ਦੰਦੀ ਹੈ ਔਰ ਪਾਣੀ ਵੀ ਬੜਾ ਕਲੀਅਰ ਹੈ। ਛੋਟਾ ਸਟੈਪ ਵੀ ਇਸ ਨਾਲ ਹੈ ਆਪਣੀ ਸਾਈਡ ਪਾਸਾ, ਡਰੋਨ ਉਡਾ ਸਾਂ। ਚਲੋ ਨੀਚੇ ਜੁਲਣਾ ਠੀਕ ਆ। ਅਸਾਂ ਵੈਸੇ ਵੀ ਮੁੰਨਾ ਭਾਈ ਡਰੋਨ ਡਾਰ ਸਾਂ, ਕਿਆ ਸੋਚਦੇ ਹੋ? ਡਰੋਨ ਵਿੱਚ ਵੀ ਆਈ ਜੈਸੀ, ਚਲੋ ਥੋੜ੍ਹਾ ਜਿਹਾ। ਹਾਂ ਬਿਲਕੁਲ, ਡਰੋਨ ਸ਼ਾਟ ਵੀ ਅਸਾਂ ਬਣਾਉਣੇ ਆ ਅਤੇ ਤੁਸੀਂ ਉਹ ਵੀ ਦੱਸਣੇ ਆ। ਲਓ ਜੀ, ਇਹ ਹੁਣ ਤੱਕੋ ਸ਼ਾਇਦ ਥੋੜ੍ਹਾ ਜਿਹਾ ਤੁਸੀਂ ਨਜ਼ਰ ਅਛਣਾ, ਅਸੀਂ ਮਿਡ ਸੂ ਥੋੜ੍ਹਾ ਜਿਹਾ ਆਪਣੀ ਸਾਈਡ ਪਰ। ਇਸ ਪਹਾੜੀ ਨੇ ਪਿੱਛੇ ਹਰੀ ਚੈੱਕ ਕਰੋ, ਸ਼ੁਰੂ ਜਿਹੜਾ ਨਾ ਗਰੂਪ ਵੀ ਹੋਣੇ ਲਾਇਆ, ਇਹ ਨਾਲਾ ਨੀਚੇ ਗੁਜ਼ਰਨਾ ਪਿਆ। ਕਿਤਨਾ ਖੂਬਸੂਰਤ ਗ੍ਰੀਨਰੀ ਆ, ਬੜੇ ਬੜੇ ਅਸਾਂ ਪੁਆਇੰਟਾਂ ਪਰ ਜਾਣੇ ਆ, ਬਿਲਖਸੂਸ ਆਜ਼ਾਦ ਕਸ਼ਮੀਰ ਨੇ ਜਿਸ ਤਰ੍ਹਾਂ ਆਪਣੇ ਇਲਾਕੇ
ਨੀਲਮ ਹੋ ਗਿਆ, ਉੱਪਰ ਬਾਗ ਹੋ ਗਿਆ ਜਾਂ ਲਿਪਾ ਹੋ ਗਿਆ, ਜਿੱਥੇ ਅਸੀਂ ਜਾਣੇ ਹਾਂ ਇਹ ਜਿਹੀਆਂ ਖੂਬਸੂਰਤੀ ਤੱਕਣੇ ਹਾਂ। ਉੱਥੇ ਇਤਨਾ ਆ ਕਿ ਉੱਥੇ ਡਿਵੈਲਪਮੈਂਟ ਹੋਈ ਵੀ ਹੈ, ਹਰ ਜਗ੍ਹਾ ਪਰ ਹਰ ਪੁਆਇੰਟ ਪਰ ਬੰਦਾ ਈਜ਼ੀਲੀ ਜਾ ਸਕਣਾ, ਹਰ ਬੰਦਾ ਜਾ ਸਕਣਾ। ਇੱਥੇ ਬਸ ਥੋੜ੍ਹਾ ਜਿਹਾ ਇਹੀ ਹੈ ਕਿ ਰਸਤੇ ਨਹੀਂ ਬਣਦੇ ਵੇ, ਓਵਰਆਲ ਅਗਰ ਰਸਤਾ ਬਣੀ ਜਾਏ ਤਾਂ ਮੈਂ ਯਕੀਨ ਨਾਲ ਆਖ ਸਕਦੇ ਹਾਂ ਕਿ ਇੱਥੇ ਆਵਾਮ ਨਾਲ ਜਿਹੜਾ ਨਾ ਰਸ਼ ਹੋਵੇ ਇਹ ਜਿਹੀਆਂ ਜਗ੍ਹਾ ਪਰ ਅੱਛੋ, ਕਿਉਂਕਿ ਵੈਸੇ ਵੀ ਓਵਰਆਲ ਜੇ ਤੱਕਿਆ ਜਾਏ ਤਾਂ ਜਿਹੜੇ ਲੋਕ ਗੁਜਰਾਤ ਨੇ ਹੋਈ ਗਏ, ਲਾਹੌਰ ਨੇ ਹੋਈ ਗਏ ਜਾਂ ਇਸ ਬੋਨੇ ਏਰੀਏ ਨੇ, ਜਲਮ ਸ਼ਲਮ ਨੇ ਇੱਧਰ ਅੱਛੇ ਨੇ ਰਹਿਣੇ, ਬਾਈਕਰ ਹਜ਼ਰਾਤ ਵੀ ਅੱਛੇ ਨੇ ਔਰ ਬਾਕੀ ਵੀ ਫੈਮਲੀਆਂ ਵੀ ਅੱਛੀਆਂ ਰਹਿਣੀਆਂ। ਬਸ ਇੱਥੇ ਇਹੀ ਹੈ ਕਿ ਰਸਤਾ ਕੋਈ ਨਹੀਂ ਆਉਣਾ, ਅਗਰ ਰਸਤਾ ਹੋਈ ਜਾਏ ਤਾਂ ਫਿਰ ਮੈਂ ਆਉਣਾ ਕਿਹੀ ਬਾਤ ਹੈ। ਬਾਕੀ ਨੀਚੇ ਵੀ ਜਾ ਹੀ ਸਕਦੇ ਹਾਂ ਪਰ ਯਕੀਨ ਕਰੋ ਕਿ ਇਹ ਪਤਾ ਨਹੀਂ ਸਰ ਸਾਵਣ ਦਾ ਮੌਸਮ ਹੈ ਅਤੇ ਦੂਸਰਾ ਮੱਛਰ ਅਤੇ ਨਾ ਸੱਪ ਡੰਗ ਵੀ ਹੋਣਾ ਨਾ, ਖਤਰਾ ਹੋਣਾ ਕਿ ਇਹ ਜੇ ਘਾਹ ਵਿੱਚ ਸਭ ਜਾਂ ਇਹ ਤੋਂ ਕੋਲ ਭਾਈ ਹੋਰ ਅੱਧੇ ਡੁੱਬੀ ਗਏ ਘਾਹ ਵਿੱਚ, ਅਤੇ ਇਸ ਮਾਰਿਆ ਤਾਂ ਡਰੋਨ ਸ਼ਾਟ ਇੱਥੋਂ ਹੀ ਕਿੰਨੇ ਆ, ਨਾਲ ਤੁਸੀਂ ਦੱਸਦੇ ਹਾਂ ਕਿ ਇਹ ਕੈਸੀ ਆ ਖੂਬਸੂਰਤ ਅਬਸ਼ਾਰ। ਡਰੋਨ ਸ਼ਾਟ ਤੁਸੀਂ ਤੱਕ ਉਮੀਦ ਹੈ ਪਸੰਦ ਆਇਆ ਸਨ। ਮੁੰਨਾ ਬਾਈ ਇਹ ਸ਼ਰਟਾਂ ਨੇ ਬੜੇ ਰੋਲੇ, ਹਾਂ ਪੁੱਠੀ ਲਾਈਆਂ ਨੇ ਜੀ, ਪੁੱਠੀ ਲਾਈਆਂ ਨੇ ਸ਼ਾਹ ਜੀ, ਥੋੜਾ ਜਿਹਾ ਤਸਵੀਰਾਂ ਨਿਕਲ ਤੋਂ ਆਣਾ ਭਾਈ ਉਹਨਾਂ ਦਾ ਬਾਇਆ ਸਾ ਗੂਗਲ ਉੱਪਰ ਲੱਭਣੀ ਹੈ ਵੀਡੀਓ ਜਨਾ ਬਾਇਆ ਸੀ ਕਿ ਮੈਂ ਫਜ਼ਾਨ ਬਾਈ ਕੀ ਬਿਲਕੁਲ ਤੰਗ ਨਾ ਕਰਨਾ, ਆ ਜਾਓ ਫਜ਼ਾਨ ਭਾਈ ਨਾਲ ਪਿਆਰ ਹੈ ਨਾ ਥੋੜਾ ਜਿਹਾ, ਤਾਂ ਸ਼ੁਕਰ ਮੇਲਾ ਲਾਣੇ ਰਹਿਣੇ ਆ ਨਾ, ਹਾਂ ਸਹੀ ਗੱਲ ਹੈ ਵੀ ਕਿ ਆਪੋ ਬੁਖਾਰ ਹੋਇਆ ਵਾ ਤੁਸਾਂ ਤਾਂ ਇਹ ਬੁਖਾਰ ਵੀ ਲੈਸੀ ਨਾ, ਐਵੇਂ ਬੁਖਾਰ ਵੀ ਜ਼ਿਆਦਾ ਹੀ ਹੋਣਾ। ਅਸਾਂ ਇੱਕ ਜਗ੍ਹਾ ਪਰ ਆਏ ਹਾਂ, ਬੜੀ ਉੱਚੀ ਪਹਾੜੀ ਹੈ ਅਤੇ ਨੀਚਾ ਇੱਕ ਬੜਾ ਹੀ ਖੂਬਸੂਰਤ ਜਿਹਾ ਗ੍ਰਾਂ ਹੈ ਜਿਸ ਆਖਦੇ ਦਰੂਣਾ ਦਰੂਣਾ ਗਰੂਣਾ ਗਰੂਣਾ ਇਹ ਨੀਚਾ ਗਰੂਣ ਨਾ ਏਰੀਆ ਆ, ਅਤੇ ਪਿੱਛੇ ਬੜੀਆਂ ਬੜੀਆਂ ਪਹਾੜੀਆਂ ਤੁਸੀਂ ਨਾਲ ਪਿੱਛੇ ਹੋਰ ਜਿਹੜੇ ਨਾ ਜਿਹੜੀ ਮੈਂ ਰੋਡ ਜਾਣੀ ਸਮਾਣੇ ਦੇ ਸਾਈਡ ਪਰ ਠੀਕ ਹੈ, ਵਾਕਿਆ ਮਾਸ਼ਾਅੱਲਾ ਕਾਫੀ ਖੂਬਸੂਰਤ ਹੈ ਨੀਚਾ, ਤੱਕ ਸਕਦੇ ਹੋ ਜੰਗਲ ਬੜਾ ਘਣਾ ਆ ਅਤੇ ਗ੍ਰਾਮ ਵਿੱਚ ਮੈਦਾਨ ਏਰੀਆ ਤਾਂ ਬਾਕੀ ਸਾਈਡਾਂ ਪਰ ਪਹਾੜੀਆਂ ਤਾਂ ਬੜੀ ਖੂਬਸੂਰਤੀ ਆ, ਤਾਂ ਅਸਾਂ ਵੀ ਜਾਣੀ ਇੱਥੇ ਬਹਿ ਗਈਆਂ ਸਾਰੇ ਇੱਧਰ ਦੋਸਤ ਇਹ ਤਾਂ ਕੀ ਸਕਣੇ ਹੋ, ਅਤੇ ਇਹ ਵੀ ਜਗ੍ਹਾ ਸਾਫ਼ ਜੀ ਸੀ, ਗੱਪ ਸ਼ੱਪ ਲਾਉਣੇ ਪਏ ਆ ਤਾਂ ਨਾਲ ਨਜ਼ਾਰੇ ਤੱਕਣੇ ਪਏ ਆ ਤਾਂ ਨਾਲ ਤੁਸੀਂ ਅੱਗੇ ਵੀ ਦੱਸਣੇ ਆ। ਕੁੱਲ ਮੇਲਾ ਲਾਇਆ ਬੈਠੇ ਹਾਂ, ਗੱਪ ਸ਼ੱਪ ਹੋਈ ਹੈ ਅਤੇ ਹੁਣ ਸੂਰਜ ਜਿਹੜਾ ਆ ਨਾ ਉਹ ਗਰੂਪ ਹੋਣੇ ਵਾਲਾ ਆ ਬਿਲਕੁਲ, ਲੇਕਿਨ ਵਿਊ ਬਹੁਤ ਪਿਆਰਾ। ਅਸਾਂ ਇਹ ਪਲੈਨ ਕਰਨੇ ਹਾਂ ਕਿ ਨੈਕਸਟ ਟਾਈਮ ਜਿਹੜਾ ਆਇਆ ਨਾ ਅਸਾਂ ਪੂਰਾ ਕੈਂਪਿੰਗ ਕੀਤੀ ਅਤੇ ਇਸ ਏਰੀਆ ਹੀ ਕਰ ਸਾਂ, ਤਾਂ ਇਹ ਵਿਊ ਚੈੱਕ ਕਰੋ ਸੂਰਜ ਮਾਸ਼ਾਅੱਲਾ ਗਰੂਪ ਹੋਣੇ ਲਾਇਆ, ਤਾਂ ਕਿਤਨਾ ਇਹ ਖੂਬਸੂਰਤ ਮੁਕਾਮ ਹੈ ਭਾਈ, ਅਤੇ ਇਹ ਨੀਚੇ ਬੁੜਜੁਨ ਹੈ, ਹਾਂ ਇਹ ਬੁੜਜੁਨ ਨਾ ਗ੍ਰਾਂ ਜੀ ਭੈਣਾ ਭਰਾਓ, ਅੱਜ ਅਸਾਂ ਆਏ ਹਾਂ ਤੁਸੀਂ ਇਲਾਕੇ ਬੁੜਜੁਨ 'ਚ, ਖੈਰ ਸ਼ਾਇਦ ਕੋਈ ਭੈਣਾ ਭਰਾ ਬੁੜਜੁਨ ਜੰਡਾਲਾ ਬੁੜਜੁਨ ਜੰਡਾਲਾ ਜੰਡਾਲਾ ਬੁੜਜੁਨ ਨੇ ਵੀ ਕੋਈ ਤਕੜੇ ਹੋਏ ਤਾਂ ਤੁਸੀਂ ਇਲਾਕਾ ਤੱਕ ਹੀ ਜੁਲੇ ਹੋ ਇਨਸ਼ਾਅੱਲਾ, ਫਿਰ ਇੱਥਾਂ ਲਾਜ਼ਮੀ ਤੁਸੀਂ ਇਲਾਕੇ ਦੀ ਪ੍ਰੋਪਰ ਵੀਡੀਓ ਬਣਾਤਾ, ਇਹ ਜਗ੍ਹਾ ਹੀ ਆ ਨੇ ਸੋਹਣੀ ਜੀ, ਤਾਂ ਇਨਸ਼ਾਅੱਲਾ ਇੱਥੇ ਜੇ ਆਏ ਨਾ ਕੈਂਪਿੰਗ ਵੀ ਕਰ ਸਾਂ ਤੁਸੀਂ ਇਲਾਕੇ ਵਿੱਚ, ਅਤੇ ਤੁਸੀਂ ਪਲਿਆਂ ਪਾਣੀ ਵੀ ਪੀ ਸਾਂ।
ਵਰਡ ਪ੍ਰਕਾਰ ਜੇ ਇੱਥੇ ਅਤੇ ਬਾਕੀ ਹੋਰ ਤਾਂ ਸਾਡੇ ਨਾਲ ਮੁੰਨਾ ਭਾਈ ਇੱਥੇ ਇੰਤਜ਼ਾਮ ਕਰੀ ਉਸ ਮੁੰਨਾ ਭਾਈ ਨੇ ਕਾਰ ਆਈ ਗਏ ਹਾਂ ਔਰ ਮਾਸ਼ਾਅੱਲਾ ਖਾਣਾ ਵਗੈਰਾ ਲੱਗੀ ਚੁੱਕਿਆ ਆ ਤਾਂ ਹੁਣ ਅਸਾਂ ਖਾਣਾ ਸ਼ਾਣਾ ਖਾਸਾਂ ਅੱਜ ਅਸਾਂ ਆਪਣੀ ਵੀਡੀਓ ਨਾਲ ਕਰਨੇ ਹਾਂ ਇੱਥੇ ਹੀ ਐਂਡ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ ਸੁਣਾ ਦੁਬਾਰਾ ਅੱਜ ਅਸਾਂ ਦੁਬਾਰਾ ਜ਼ਰੂਰ ਯਾਦ ਰੱਖਿਆ ਜਿਹੜਾ ਭੈਣ ਆਪਣਾ ਚੈਨਲ ਭੁੱਲਿਆ ਇਸ ਚੈਨਲ ਕੀ ਸਬਸਕ੍ਰਾਈਬ ਕਰਨਾ ਔਰ ਵੀਡੀਓ ਕੀ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਦੁਆ ਕਰਨੇ ਅੱਲਾਹ ਤਾਲਾ ਅਸੀਂ ਸ਼ਾਦ ਔਰ ਆਬਾਦ ਰੱਖੋ ਦੁਨੀਆ ਔਰ ਆਖਰਤ ਨੀ ਤਮਾਮ ਦਰਕਲੀਆਂ ਵੀ ਦੇ ਜਿਤਨੇ ਤੁਸੀਂ ਦੁੱਖ ਤਕਲੀਫਾਂ ਆਈਆਂ ਅੱਲਾਹ ਤਾਲਾ ਤੁਸੀਂ ਇਹਨਾਂ ਨੂੰ ਜਲਦ ਤੋਂ ਜਲਦ ਨਿਜਾਤ ਅਤਾ ਕਰੋ ਇਨਸ਼ਾਅੱਲਾ ਇੱਕ ਦਫ਼ਾ ਫਿਰ ਤੁਸਾਂ ਨਾਲ ਮਿਕਸਾ ਇੱਕ ਨਵੀਂ ਵੀਡੀਓ ਵਿੱਚ ਦਿਓ ਵੀ ਕੀ ਇਜਾਜ਼ਤ ਅੱਲਾਹ ਸੋਹਣੇ ਨਿਭਾਉਣਾ ਹੈ।